गढ़शंकर दे नाल लगदे पिंड दी इक औरत ने अपने जेठ ते अश्लील हरकतां अते तंग परेशान करन दे आरोप लगाए हन, जिस दी शिकायत थाना गढ़शंकर विखे दे के कारवाई दी मंग कीती है। पीड़ित औरत ने दसिया कि उन्हां दा NRI जेठ बगीचा राम पिंड पधराणा पिछले लंबे समय तो उन्हां नाल अश्लील हरकतां करके उसनू तंग परेशान कर रहा है। पीड़ित औरत ने दसिया कि उन्हां दे पति दी 2 साल पहला मौत हो चुकी है अते उसका एक पुत्र है। जदों वह दिन समय काम ते चले जांदा है तां उसका जेठ अपने पैसे का रुब दिखा के उस नाल गलत हरकतां करदा है। पीड़ित औरत ने दसिया कि उस वल्लों इनकार करन ते बगीचा राम उस नाल गाली गलोच करके धमकियां दिंदा है। पीड़ित औरत ने दसिया कि उसने इस संबंधी जेठ बगीचा दे खिलाफ एक शिकायत थाना गढ़शंकर दे के कार्रवाई की मंग की है। इस संबंध दे विच बगीचा जेठ ने अपने ते लगे सारे आरोपों नूं गलत दसिया। इस संबंध विच थाना गढ़शंकर दे SHO करनैल सिंह ने कहा कि पीड़िता दे बयान दे आधार ते बनदी कार्रवाई अमल विच लियांदी जा रही है। हाँ जी, मेरा नाम खविंदर कौर आ, मेरे हसबैंड का नाम दविंदर कुमार आ। मेरे जेठ नाल मेरा मसला है, लड़ाई झगड़ा मेरे जेठ नाल है। मेरा एड्स का मरीज आ ये, ठीक है जी। ये मैनू कहिंदा मेरे नाल गलत संबंध बना, पर आपां तां बीमारी तो बचना चाहते हैं, ठीक है जी। मैनू ये काम चंगे नहीं लगते, सानू इज्जत ही चंगी लगती है, ठीक है जी। हर वेले कोशिश करता है मेरी इज्जत नू हाथ पाँदा है, जदों मैनू देखता है कल्ली नू उस वेले मेरे घर आने की कोशिश करता है। अंदर आया 2-3 बार मेरे इन्हें जबरदस्ती की है, ठीक है जी। इस करके मैं नठ के अपना बचाव किया है। मेरा बच्चा सवेर तो शाम तक काम पर रहा है, ठीक है। मेरा काम तो जद देखा मैं कल्ली नू ये उस वेले मेरे ना ये नजायज़ संबंध बनाने चाहता है, पर मैनू ये काम चंगा नहीं लगता। ये सियाणा बयाणा हैगा, सियाने बयाणे दीआं गल्लां करे, इहदे कोल बिल्कुल भी इदां दे काम मैनू चंगे नहीं लगदे जो ये करदा फिरदा है। एड्स दा मरीज़ आ जी ये, गलत जनानियां लै के आंदा है, झाड़ू पोचे नू लै के आंदा, कहिंदा जी मैं उद्दां लै के नहीं कुछ भी आंदा। ये गलत संबंध बणांदा है, ये बीमारी फैलांदा है। जदों भी छुट्टी आंदा ये बीमारी फैला के पिंड 'च जांदा है, गलत जनानियां लिआंदा ये घर 'च। ਤੁਹਾਨੂੰ ਵੀ ਸਿਆਣਿਆਂ ਨੂੰ ਗਾਲਾਂ ਕੱਢਦਾ, ਮਰੇ ਹੋਇਆਂ ਦੀ ਮਿੱਟੀ ਪਨੀਤ ਕਰਦਾ ਪਿਆ ਇਹ, ਠੀਕ ਹੈ ਜੀ। ਮੇਰੇ ਕੱਪੜਿਆਂ ਨੂੰ ਮੇਰਾ ਸ਼ੋਲ ਲਾ ਕੇ ਸਿੱਟ ਦਿੱਤਾ, ਸਵੇਰੇ ਮੈਨੂੰ ਕਹਿੰਦਾ ਜੋ ਮਰਜ਼ੀ ਕਰ ਲਾ, ਤੇਰੀ ਕਿਤੇ ਸੁਣਵਾਈ ਨਹੀਂ ਹੋਣ ਦੇਣੀ ਹੈਗੀ ਅਸੀਂ, ਠੀਕ ਆ। ਮੈਂ ਤਾਂ ਅਮਰੀਕਾ ਵਾਲਾ ਹਾਂ, ਤੇਰਾ ਫਲਾਨਾ ਆਇਆ ਕਰ ਦੂੰਗਾ ਅਤੇ ਉਕੜਾਇਆ ਕਰ ਦੂੰ, ਠੀਕ ਆ। ਪਾਣੀ ਸਿੱਟਣ ਤੋਂ ਰੋਕਦਾ ਸਾਨੂੰ ਗਲੀ ਦੇ ਵਿੱਚ, ਸਾਨੂੰ ਕੱਪੜੇ ਧੋਣ ਤੋਂ ਰੋਕਦਾ ਹੈ, ਘਰ 'ਚ ਅਸੀਂ ਕੱਪੜੇ ਨਹੀਂ ਧੋ ਸਕਦੇ। ਗਲਤ ਗੱਲਾਂ ਸਾਡੇ ਨਾਲ ਕਰਦਾ ਆ, ਫਿਰ ਸਾਡੇ ਥਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਆ, ਠੀਕ ਆ ਜੀ। ਚਾਹੁੰਦਾ ਮੈਨੂੰ ਵੀ ਖੁਦ ਨਹੀਂ ਪਤਾ, ਇਹ ਪੁੱਛਿਆ ਜਾਵੇ ਮੈਨੂੰ, ਬਸ ਇਹੀ ਆ ਮੇਰੇ ਨਾਲ ਕਹਿੰਦਾ ਨਜਾਇਜ਼ ਸੰਬੰਧ ਬਣਾ, ਠੀਕ ਆ ਜੀ। ਨਜਾਇਜ਼ ਸੰਬੰਧ ਬਣਾ, ਜੇ ਨਹੀਂ ਤੂੰ ਬਣਾਉਣਾ ਤਾਂ ਇੱਥੋਂ ਨਿਕਲ ਜਾ, ਮੈਂ ਤੈਨੂੰ ਕੱਢ ਕੇ ਹੀ ਸਾਹ ਲੈਣਾ ਹੈ। ਕੰਪਲੇਂਟ ਕੀਤੀ ਆ ਅਸੀਂ, ਮੈਂ ਥਾਣੇ ਗੜਸ਼ੰਕਰ 'ਚ ਕੰਪਲੇਂਟ ਕੀਤੀ, ਮੇਰੀ ਕੋਈ ਸੁਣਵਾਈ ਨਹੀਂ ਹੋਈ, ਠੀਕ ਆ ਜੀ। ਮੈਂ ਬਹੁਤ ਤੰਗ ਪਰੇਸ਼ਾਨ ਹਾਂ। 2 ਸਾਲ ਤੋਂ ਕਦੀ ਬੁਲਾਇਆ? ਦਾਰੂ ਪੀ ਕੇ ਗਾਲਾਂ ਕੱਢਦਾ? ਨਾ ਨਾ, ਦਾਰੂ ਪੀ ਕੇ ਮੈਂ ਕਦੀ ਗਾਲਾਂ ਨਹੀਂ ਕੱਢਦਾ। ਕੱਲ ਲੋਹੜੀ ਸੀ ਤੁਹਾਡੀ, ਰਿਕਾਰਡਿੰਗ ਮੇਰੇ ਪਹਿਲਾਂ, ਰਿਕਾਰਡਿੰਗ ਵੀ ਆ ਜਿਹੜੀ ਕਿ ਗੰਦੀਆਂ ਤੁਸੀਂ ਬੋਲਦੇ। ਕੁੜੀਆਂ ਇੱਧਰ ਆਈਆਂ, ਲੋਹੜੀ ਮੰਗਦੀਆਂ ਸੀਆਂ, ਤਾਂ ਡਰੂ ਸਾਡੇ TV ਚੱਲਦਾ ਸੀਗਾ, ਉਹ ਚ ਮੱਗਾ ਇੱਕ ਮਾਰਿਆ ਰਾਈ ਲੋਹੜੀ ਕਰਕੇ। ਕਿੱਦਾਂ ਮਾਰਿਆ ਜੀ ਮੱਗਾ? ਡਰੂ ਆ ਬਸ ਇੱਕ ਮਾਰਿਆ ਸੀ। ਉਹ ਚੰਗੀ ਗੱਲ ਚੱਲਦਾ ਹੀ ਆ, 70 ਸਾਲ ਦੇ ਤੁਸੀਂ ਬਜ਼ੁਰਗ ਹੋ ਤੁਸੀਂ, ਆ ਕੇ ਇਹ ਚੰਗੀ ਗੱਲ ਹੋਈ? ਤੁਸੀਂ ਚੰਗੀ ਗੱਲ ਤਾਂ ਨਹੀਂ ਹੈਗੀ, ਲੋਹੜੀ ਕਰਕੇ ਤਾਂ ਬੰਦਾ ਚਲੋ ਖੁਸ਼ੀ ਤਾਂ ਮਨਾਉਂਦਾ ਹੀ ਆ। ਕੈਮਰੇ ਮੂਹਰੇ ਸਾਰੇ ਮੱਗੇ ਮਾਰਨ ਲੱਗੇ ਹੋਏ, ਬਾਅਦ ਦੇ ਵਿੱਚ ਸਾਰੇ ਉਹ ਬੁੜੇ ਉਹ ਵੀ ਮੱਗਾ ਮਾਰੇ ਦਿੰਦੇ ਆ ਖੁਸ਼ੀ ਦੇ ਵਿੱਚ। ਲੋਹੜੀ ਆ ਤਾਂ ਕੁੜੀ ਦੇ ਮੁੰਡੇ ਦੀ ਲੋਹੜੀ ਪਾਉਂਦੇ ਆ, ਬਾਕੀ ਕੋਈ ਗੱਲਾਂ ਨੀ, ਸਾਰੇ ਬਜ਼ੁਰਗ ਮਾਰਦੇ ਆ। ਤੂੰ ਦੇਖਿਆ ਹੋਣਾ, ਬਸ ਹੋਰ ਕੋਈ ਗੱਲ ਨੀ। ਮੈਂ ਕਦੀ ਇਸ ਜਨਾਨੀ ਨੂੰ ਟੱਚ ਦਾ ਕਿਹਾ, ਇਹਨੂੰ ਦੇਖਿਆ ਨੀ, ਮੂੰਹ ਨੀ ਲੱਗ ਦੇਖਿਆ ਵੀ ਕਿਹੋ ਜਿਹਾ, ਕਿੱਥੋਂ ਆਈ ਹੈ, ਮੈਨੂੰ ਇਹ ਨੀ ਪਤਾ ਕਿੱਥੋਂ ਆਈ ਆ, ਕਿੱਥੋਂ ਇਹ ਕਿ ਤਲਾਕ ਹੋਇਆ ਕਿ ਨਹੀਂ ਤਲਾਕ ਹੋਇਆ। ਤੁਸੀਂ ਹੁਣ ਵੀ ਕੀਤੀ ਹੋਏ? ਹੈਂ? ਨਹੀਂ ਨਾ, ਮੈਂ ਦਾਰੂ ਨੀ, ਹੁਣ ਵੀ ਦਾਰੂ ਤਾਂ ਮੈਂ ਪੀਂਦਾ ਹੀ ਨੀ, ਮੈਨੂੰ ਹਾਰਟ ਦੀ ਪ੍ਰੋਬਲਮ ਆ। ਦਾਰੂ ਨੀ ਪੀਤੀ, ਬਾਬੇ ਦਾ ਭਗਤ ਆ, ਬਾਬੇ ਵਾਲਕ ਦਾ ਭਗਤ ਆ, 50 ਸਾਲ ਤੋਂ ਮੈਂ ਕਦੀ ਦਾਰੂ ਨੀ ਪੀਤੀ। ਅੱਜ ਇੱਕ ਕੰਪਲੇਂਟ ਸਾਡੇ ਕੋਲ ਆਈ ਹੈ, ਲਖਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਪਧਰਾਣਾ ਵੱਲੋਂ, ਕਿ ਉਹਦਾ ਜਿਹੜਾ ਜੇਠ ਹੈਗਾ ਆ ਬਗੀਚਾ ਰਾਮ, ਉਹ ਉਹਨੂੰ ਸ਼ਰਾਬ ਪੀ ਕੇ ਤੇ ਗਾਲੀ ਗਲੋਚ ਕਰਦਾ ਤੇ ਲੜਾਈ ਝਗੜਾ ਉਹਦਾ ਕਰਦਾ, ਤੰਗ ਪਰੇਸ਼ਾਨ ਕਰਦਾ। ਤੇ ਜਿਹੜੀ ਇਹ ਕੰਪਲੇਂਟ ਹੈਗੀ ਆ, ਅਸੀਂ ਮੌਕੇ ਦੇ ਉੱਤੇ ACP ਭੇਜਿਆ, ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਤੇ ਬੁਲਾ ਕੇ ਇਹਦੀ ਸੁਣਵਾਈ ਕੀਤੀ ਜਾਊਗੀ। ਅਗਰ ਕੋਈ ਇਹਨਾਂ ਦੀ ਫੈਮਿਲੀ ਮੈਟਰ ਹੋਣ ਕਰਕੇ ਕੋਈ ਇਹਨਾਂ ਦੇ ਆਪਸ ਦੇ ਵਿੱਚ ਸਮਝੌਤਾ ਹੋ ਜਾਂਦਾ, ਠੀਕ ਹੈ, ਨਹੀਂ ਤਾਂ ਜੋ ਦੀ ਕੰਪਲੇਂਟ ਆ ਉਹਦੇ ਮੁਤਾਬਕ ਉਹਦੀ ਜਿਹੜੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ।